ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਮੈਂ ਤੁਹਾਡੀ ਆਪਣੀ ਹਰਸਿਮਰਤ ਕੌਰ ਕੁਛ ਜ਼ਰੂਰੀ ਗੱਲਾਂ ਵਾਸਤੇ ਇਹ ਵੀਡੀਓ ਬਣਾ ਰਹੀ ਹਾਂ ਕਿ ਆਪਾਂ ਦੀਪ ਸਿੰਘ ਸਿੱਧੂ ਵੀਰ ਜੀ ਨਾਲ ਜੋ ਘਟਨਾ ਵਾਪਰੀ ਹੈ ਉਸਦਾ ਸਿੱਖ ਕੌਮ ਨੂੰ ਬਹੁਤ ਹੀ ਘਾਟਾ ਪਿਆ ਹੈ ਉਸਦੀ ਸਿੱਖ ਕੌਮ ਕਦੀ ਭਰਪਾਈ ਨਹੀਂ ਦੇ ਸਕਦੀ ਤੇ ਮੈਂ ਸਾਰੀ ਸਾਧ ਸੰਗਤ ਨੂੰ ਇਹੋ ਬੇਨਤੀ ਕਰਨਾ ਚਾਹੂੰਗੀ ਕਿ ਆਪਣੇ ਆਪਣੇ ਕੋਠਿਆਂ ਤੇ ਨਿਸ਼ਾਨ ਸਾਹਿਬ ਲਾਓ ਆਪਾਂ ਵੱਖ ਵੱਖ ਪਾਰਟੀਆਂ ਦੇ ਝੰਡੇ ਤਾਂ ਰਲਾ ਦਿੰਦੇ ਹਾਂ ਪਰ ਕਦੀ ਆਪਾਂ ਨਿਸ਼ਾਨ ਸਾਹਿਬ ਨਹੀਂ ਰਲਾਇਆ ਤੇ ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਆਪਣੇ ਕੋਠਿਆਂ ਤੇ ਨਿਸ਼ਾਨ ਸਾਹਿਬ ਲਹਿਰਾਓ ਕਿਉਂਕਿ ਉਹਨਾਂ ਨੂੰ ਨਿਸ਼ਾਨ ਸਾਹਿਬ ਨਾਲ ਬਹੁਤ ਪਿਆਰ ਸੀ ਤੇ ਜਦੋਂ ਵੀ ਤੁਸੀਂ ਇਹ ਨਿਸ਼ਾਨ ਸਾਹਿਬ ਨੂੰ ਵੇਖੋਗੇ ਨਾ ਤੁਹਾਨੂੰ ਸਾਡੇ ਹੀਰੇ ਦੀਪ ਸਿੱਧੂ ਦੀ ਯਾਦ ਆਊਗੀ ਉਹ ਕਹਿੰਦੇ ਹੁੰਦੇ ਸੀ ਝੁਕਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਉਹ ਕਹਿੰਦੇ ਹੁੰਦੇ ਸੀ ਇਹ ਨਿਸ਼ਾਨ ਨੇ ਸਾਡੀ ਅਗਵਾਈ ਕਰਨੀ ਆ ਪਰ ਕਿਸੇ ਨੇ ਨੀ ਸਾਡੀ ਅਗਵਾਈ ਕਰਨੀ ਜੋ ਕਾਮਰੇਡ ਲਾਣਾ ਵੀ ਸੁਣ ਲੈ ਜਿਹੜਾ ਆਂਦਾ ਸੀ ਜਿਹੜਾ ਇੰਨੀਆਂ ਗੱਲਾਂ ਬਣਾਇਆ ਸੀ ਦੀਪ ਸਿੱਧੂ ਅੱਤਵਾਦੀ ਆ ਦੀਪ ਸਿੱਧੂ ਅੱਤਵਾਦੀ ਆ ਸਾਡੇ ਕੋਠਿਆਂ ਤੇ ਉਹਦੀ ਯਾਦ ਵਿੱਚ ਨਿਸ਼ਾਨ ਸਾਹਿਬ ਝੂਲਦੇ ਹੀ ਰਹਿਣਗੇ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਹੁਣ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।